ਹਾਂਜੀ ਦੋਸਤੋ ਇਹ ਟਰੈਕਟਰ ਜਿਹੜਾ ਤੁਸੀਂ ਦੇਖ ਰਹੇ ਆ ਇਹ ਜੀਟਰ ਮਤਲਬ ਕੰਪਨੀ ਵੱਲੋਂ ਬਣਾਇਆ ਗਿਆ ਚੈਕੋਸਲਵਾਕੀਆ ਦੀ ਕੰਪਨੀ ਵੈਸੇ ਇੱਥੇ ਇੰਡੀਆ ਦੇ ਵਿੱਚ ਬਣਿਆ ਹੈ ਹਿੰਦੁਸਤਾਨ ਕੰਪਨੀ ਦੇ ਨਾਂ ਥੱਲੇ ਗੁਜਰਾਤ ਦੇ ਵਿੱਚ ਜੀਟਰ ਜੀ 312 ਸੋ ਇਹ ਹਿੰਦੂਸਤਾਨ ਕੰਪਨੀ ਨੇ ਕਾਫੀ ਟਰੈਕਟਰ ਬਣਾਏ ਸੀ ਜਿਹਦੇ ਵਿੱਚੋਂ ਸਭ ਤੋਂ ਇਹਨਾਂ ਦਾ ਵੱਧ ਮਸ਼ਹੂਰ ਹੋਇਆ ਸੀ ਟਰੈਕਟਰ ਵੱਡਾ ਖੱਟਾ ਸੁਪਰ ਜਿਹਨੂੰ ਕਹਿੰਦੇ ਹੁੰਦੇ ਆ ਪੀਲੇ ਰੰਗ ਦਾ 50 ਪਾਵਰ ਦਾ ਉਹ ਵੱਡਾ ਟਰੈਕਟਰ ਸੀਗਾ ਇਹ ਜਿਹੜੀ ਸੀਰੀਜ਼ ਸੀਗੀ ਜੀਵਲੀ ਇਹਦੇ ਵਿੱਚ ਇਹਨਾਂ ਨੇ ਕਾਫੀ ਮਾਡਲ ਦਿੱਤੇ ਸੀਗੇ ਜੀ ਜੀਟਰ ਇਹ 312 ਜੀ 53 ਤੋਂ ਵੱਡਾ ਟਰੈਕਟਰ ਹੈ ਇੱਕ ਮੇਰਾ ਖਿਆਲ 405 ਸੀ ਸ਼ਾਇਦ ਇਸ ਤਰ੍ਹਾਂ ਦੇ ਕਾਫੀ ਮਾਡਲ ਸੀਗੇ ਦੋਸਤੋ ਅੱਜ ਆਪਾਂ ਇਹਦੇ ਬਾਰੇ ਗੱਲ ਕਰਦੇ ਆਂ ਇਹ 45 46 ਸਾਲ ਪੁਰਾਣਾ ਟਰੈਕਟਰ ਦੱਸ ਰਹੇ ਬਾਈ ਜੀ ਜਿਹਨਾਂ ਜਿਹੜੇ ਮਾਲਕ ਹੈਦੇ ਤੇ ਇਹ ਟਰੈਕਟਰ ਦੋ ਸਿਲੰਡਰ ਦੇ ਵਿੱਚ ਹੈ ਆ ਇਹ ਕਾਫੀ ਕਫਾਇਦੀ ਟਰੈਕਟਰ ਸੀ ਤੇ ਵੈਸੇ ਮੇਰੇ ਖਿਆਲ ਦੇ ਨਾਲ ਇਹਦੀ 25 ਹਾਰਸ ਪਾਵਰ ਹੋਊਗੀ ਪਰ ਇਹ ਕਹਿੰਦੇ ਵੀ 35 ਹਾਰਸ ਪਾਵਰ ਆ ਦੇਖੋ ਤੁਸੀਂ ਦੋ ਸਿਲੰਡਰ ਹੈ ਟਰੈਕਟਰ ਪਾਣੀ ਵਾਲਾ ਮੂਰੇ ਰੈਡੀਏਟਰ ਆ ਲੱਗਿਆ ਹੋਇਆ ਦਿਖਦਾ ਸਾਫ਼ ਤੇ ਇਹ ਟਰੈਕਟਰ ਵਧੀਆ ਖਚਾਈ ਵਾਲੇ ਟਰੈਕਟਰ ਸੀਗੇ ਲੋਕਾਂ ਨੇ ਕਾਫੀ ਪਸੰਦ ਕਰੇ ਸੀਗੇ ਬੈਟਰੀ ਹੈ ਤੇ ਇਹਨਾਂ ਦੇ ਕਾਫੀ ਲੰਬਾ ਗੇਅਰ ਲੀਵਰ ਲੱਗਿਆ ਹੋਇਆ ਸੀਗਾ ਇਹ ਦਿਖਦਾ ਹੈਗਾ ਤੇ ਦੋਸਤੋ ਵਧੀਆ ਟਰੈਕਟਰ ਸੀਗੇ ਇਹ ਅ ਹੁਣ ਇਹ ਟਰੈਕਟਰ ਕਿਤੇ ਕਿਤੇ ਪੰਜਾਬ ਦੇ ਵਿੱਚ ਨਜ਼ਰੀਂ ਪੈਂਦੇ ਆ ਅ ਜਿਨ੍ਹਾਂ ਲੋਕਾਂ ਕੋਲੇ ਹੈਗੇ ਤਕਰੀਬਨ ਬਸ ਉਹ ਰੱਖੀ ਬੈਠੇ ਆ ਤੇ ਅ ਕਈਆਂ ਨੇ ਇਹਨੂੰ ਕਬਾੜ ਦੇ ਵਿੱਚ ਵੀ ਭੇਜਤਾ ਹੈ ਪਰ ਇਹ ਟਰੈਕਟਰ ਨਾ ਕਾਫੀ ਚੰਗੇ ਟਰੈਕਟਰ ਸੀਗੇ ਲੋਕਾਂ ਦੀ ਉਸ ਵੇਲੇ ਵਧੀਆ ਪਸੰਦ ਸੀਗੇ ਅੱਜ ਵੀ ਬਹੁਤ ਲੋਕ ਸ਼ੌਂਕ ਦੇ ਨਾਲ ਰੱਖੀ ਬੈਠੇ ਖਾਸ ਕਰ ਇਹ ਬਾਈ ਜੀ ਬੜੇ ਸ਼ੌਂਕ ਨਾਲ ਰੱਖੀ ਬੈਠੇ ਇਹਨੂੰ ਕਹਿੰਦੇ ਵੀ ਵਧੀਆ ਚੀਜ਼ ਹੈ ਤੇ ਅਸੀਂ ਇਹਨੂੰ ਵਰਤਦੇ ਹਾਂ ਪੂਰਾ ਵਰਤਦੇ ਹਾਂ ਪੂਰਾ ਕੰਮ ਲੈਂਦੇ ਤੁਸੀਂ ਦੇਖ ਲੋ